ओटिया की ओट गुरु नया सरियों के आसदा धन धन श्री गुरु ग्रंथ साहिब जी ओ महाराज सारी संगत गज के आखो सतनाम श्री वाहे गुरु करते तू खरे दातिया उगणा दे नाल असी भरे दातिया खोटिया नु करते तू खरे दातिया जी उगणा दे नाल असी भरे दातिया खोटिया नु करते तू खरे दातिया उगणा दे नाल असी भरे दातिया तेनू सारे कहिंदे ने रहमता दादा ता तेनू दिलों जान के नदर रसवली करी मेरा वालिया तेरे दर उत्ते झुक के हायाण के नदर रसवली करी मेरा वालिया तेरे दर उत्ते झुक के हायाण के Thank you.
ਵਿੱਚ ਪਾ ਦਿਓ ਬਈ ਮੈਂ ਪਰਮਾ ਦਾ ਕਿਲੇ ਮੈਨੂੰ ਢਾ ਦਿਓ ਸਬਰ ਸੰਤੋਖ ਝੋਲੀ ਵਿੱਚ ਪਾ ਦਿਓ ਬਈ ਮੈਂ ਪਰਮਾ ਦੇ ਕਿਲੇ ਮੈਨੂੰ ਢਾ ਦਿਓ ਸਬਰ ਸੰਤੋਖ ਝੋਲੀ ਵਿੱਚ ਪਾ ਦਿਓ ਬਈ ਮੈਂ ਪਰਮਾ ਦਾ ਕਿਲੇ ਮੈਨੂੰ ਢਾ ਦਿਓ ਸਬਰ ਸੰਤੋਖ ਝੋਲੀ ਵਿੱਚ ਪਾ ਦਿਓ ਕਾਢੀ ਦਸਵੰਦ ਸੇਵਾ ਵਿੱਚ ਲਾ ਦਈਏ ਲੋੜ ਬੰਦਾ ਤਾਈ ਸਾਹਿਬ ਜੀ ਸਿਆਣ ਕੇ ਨਦੀ ਰਸ ਵੱਲੀ ਕਰੀ ਮੇਰਾ ਵਾਲਿਆ ਤੇਰੇ ਦਰ ਉੱਤੇ ਝੁੱਕ ਗਿਆ ਆਣ ਕੇ ਨਦੀ ਰਸ ਵੱਲੀ ਰੱਖੀ ਮੇਰਾ ਵਾਲਿਆ ਤੇਰੇ ਦਰ ਉੱਤੇ ਝੁੱਕ ਗਿਆ ਆਣ ਕੇ ਸੁਖ ਵਿੱਚ ਸਦਾ ਬਾਣੀ ਪੜੀਏ ਹਉਮੈ ਵਾਲੀ ਪੌੜੀ ਕਦੇ ਵੀ ਨਾ ਚੜੀਏ ਦੁੱਖ ਸੁਖ ਵਿੱਚ ਸਦਾ ਬਾਣੀ ਪੜੀਏ ਕਰੀਏ ਨਾ ਧੱਕਾ ਕਦੇ ਕਿਸੇ ਨਾਲ ਵੀ ਰੱਖੀਏ ਔਕਾਤ ਆਪਣੀ ਪਛਾਣ ਕੇ ਨਦੀ ਰਸ ਵੱਲੀ ਰੱਖੀ ਮੇਰਾ ਵਾਲਿਆ ਤੇਰੇ ਦਰ ਉੱਤੇ ਝੁੱਕ ਗਿਆ ਆਣ ਕੇ ਨਦੀ ਰਸ ਵੱਲੀ ਰੱਖੀ ਮੇਰਾ ਵਾਲਿਆ ਤੇਰੇ ਦਰ ਉੱਤੇ ਝੁੱਕ ਗਿਆ ਆਣ ਕੇ ਕੋਲੋਂ ਜੀ ਬਚਾ ਕੇ ਰੱਖਿਓ ਚਰਨਾਂ ਦੀ ਧੂੜ ਜੀ ਬਣਾ ਕੇ ਰੱਖਿਓ ਪੰਜਾ ਠੱਗਾਂ ਕੋਲੋਂ ਜੀ ਬਚਾ ਕੇ ਰੱਖਿਓ ਚਰਨਾਂ ਦੀ ਧੂੜ ਜੀ ਬਣਾ ਕੇ ਰੱਖਿਓ ਭੁੱਲਾ ਰਾਈ ਤੇਰੇ ਦਰੀ ਦਾ ਹੈ ਮੰਗਦਾ ਆਇਆ ਸਾਰੇ ਪਾਸਿਆਂ ਤੋਂ ਖਾਕ ਛਾਣ ਕੇ ਰਸ ਵੱਲੀ ਰੱਖੀ ਮੇਰਾ ਵਾਲਿਆ ਤੇਰੇ ਦਰ ਉੱਤੇ ਝੁੱਕ ਗਿਆ ਆਣ ਕੇ ਜੀ ਨਦੀ ਰਸ ਵੱਲੀ ਰੱਖੀ ਮੇਰਾ ਵਾਲਿਆ ਤੇਰੇ ਦਰ ਉੱਤੇ ਝੁੱਕ ਗਿਆ ਆਣ ਕੇ ਨਦੀ ਰਸ ਵੱਲੀ ਰੱਖੀ ਮੇਰਾ ਵਾਲਿਆ ਤੇਰੇ ਦਰ ਉੱਤੇ ਝੁੱਕ ਗਿਆ ਆਣ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਂ ਸ਼ਰਨ ਆਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਦੁੱਖਾਂ ਨੂੰ ਹਰਨ ਵਾਲੇ ਸੁੱਖਾਂ ਦੇ ਦਾਤੇ ਸਭਨਾ ਖਜ਼ਾਨਿਆਂ ਦੇ ਮਾਲਕ ਕਿਰਪਾ ਨਿਧਾਨ ਸਤਿਗੁਰੂ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸਮਰੱਥ ਗੁਰੂ ਪ੍ਰਤੱਖ ਗੁਰੂ ਸੰਪੂਰਨ ਗੁਰੂ ਬਾਣੀ ਗੁਰੂ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਚਵਰ ਛਤਰ ਤਖ਼ਤ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰ ਮਹਾਰਾਜ ਜੀ ਦੇ ਸੋਹਣੇ ਸਜੇ ਦਰਬਾਰ ਦੇ ਅੰਦਰ ਦੇਵਤਿਆਂ ਦੇ ਵਾਂਗੂ ਸਮਾਧੀਆਂ ਲਾ ਕੇ ਬੈਠੇ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ ਆਓ ਸਾਰਿਆਂ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਕੋਈ ਵੀ ਰਸਨਾ ਵਾਂਝੀ ਨਾ ਰਵੇ ਜਿਤਨੇ ਸਰੀਰ ਗੁਰੂ ਦਰਬਾਰ ਵਿੱਚ ਬੈਠੇ ਹੋ ਜਾਂ ਸਿੱਧੇ ਪ੍ਰਸਾਰਣ ਦੇ ਰਾਹੀਂ ਘਰਾਂ ਦੇ ਵਿੱਚ ਬੈਠ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਪਰਸ ਰਹੇ ਹੋ ਇੱਕੋ ਵਾਰ ਕਹਿਣ ਤੇ ਬੁਲੰਦ ਆਵਾਜ਼ ਦੇ ਵਿੱਚ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਦੋਵੇਂ ਹੱਥ ਜੋੜੋ ਸੁਰਤੀਆਂ ਬਿਰਤੀਆਂ ਇਕਾਗਰ ਕਰੋ ਬਾ ਅਦਬ ਸੀ ਝੁਕਾਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਸੰਧਿਆ ਦਾ ਸਮਾਂ ਗੁਰੂ ਚਰਨਾਂ ਚ ਬਤੀਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਦੀਨ ਦੁਨੀਆਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਵੰਦਨਾ ਜੋੜੜੀ ਹੈ ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨ ਆਪ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਸਰਬੱਤ ਦੇ ਕਾਰਜ ਰਾਸ ਕਰਨ ਸਭਨਾਂ ਦੀਆਂ ਮਨੋਭਾਵਨਾਵਾਂ ਪੂਰਨ ਕਰਨ ਜੋ ਵੀ ਆਸਾਂ ਮੁਰਾਦਾਂ ਲੈ ਕੇ ਗੁਰੂ ਦੇ ਦਰ ਤੇ ਆ ਰਹੇ ਹੋ ਸਤਿਗੁਰ ਦੀ ਸਭਨਾਂ ਦੀਆਂ ਆਸਾਂ ਮੁਰਾਦਾਂ ਨੂੰ ਬੂਰ ਪਾਉਣ ਕਿਰਪਾ ਨਿਧਾਨ ਸਤਿਗੁਰ ਦੀ ਕਿਰਪਾ ਕਰਨ ਸਭਨਾਂ ਦੇ ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ ਦੇ ਅਰੋਗਤਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਤਿਗੁਰ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਸੰਧਿਆ ਦੇ ਦੀਵਾਨ ਸਜ ਰਹੇ ਨੇ ਸਜੇ ਦੀਵਾਨਾਂ ਦੇ ਅੰਦਰ ਦੱਸ ਰਿਆਂ ਤੋਂ ਪਹਿਲਾਂ ਸਿੰਘ ਸਾਹਿਬ ਕਥਾਵਾਚਕ ਸਾਹਿਬ ਆਪ ਜੀ ਦੇ ਨਾਲ ਗੁਰ ਇਤਿਹਾਸ ਦੀ ਸਾਂਝ ਬਣਾ ਰਹੇ ਸਨ ਕੁਝ ਸਮਾਂ ਦੱਸ ਰਿਆਂ ਨੂੰ ਮਿਲਿਆ ਹੈ ਆਓ ਰਲ ਮਿਲ ਕੇ ਸਤਿਗੁਰ ਮਹਾਰਾਜ ਜੀ ਦੇ ਚਰਨ ਪਰਸਨੇ ਨੇ ਕੁਝ ਵਿਚਾਰਾਂ ਦੀ ਸਾਂਝ ਬਣਾਉਣੀ ਹੈ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਪ ਸੰਗਤਾਂ ਨੂੰ ਕੁਝ ਸਿਨਮਰ ਬੇਨਤੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਹੋਰ ਸੰਗਤਾਂ ਦੇ ਵੱਲੋਂ ਆਪ ਸੰਗਤਾਂ ਨੂੰ ਬੇਨਤੀ ਹੈ ਜੀ ਸੰਤ ਬਾਬਾ ਫਤਿਹ ਸਿੰਘ ਜੀ ਖੋਸਾ ਕੋਟਲਾ ਵਾਲੇ ਤਿੰਨਾਂ ਦੀ ਸਾਲਾਨਾ ਵਰਸੀ ਨੂੰ ਸਮਰਪਿਤ ਹੋ ਕਰਕੇ ਤਿੰਨਾਂ ਦੇ ਸੇਵਕਾਂ ਦੇ ਵੱਲੋਂ 17 ਤਰੀਕ ਦਿਨ ਐਤਵਾਰ ਵਾਲੇ ਦਿਨ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਹੋ ਰਹੇ ਨੇ ਹਾਲ ਨੰਬਰ 4 ਦੇ ਵਿੱਚ ਬੇਨਤੀ ਹੈ ਕਿ ਆਪ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਦੂਸਰੀ ਬੇਨਤੀ ਹੈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤਿੰਨਾਂ ਦੇ ਭਤੀਜੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਜਸਵੀਰ ਸਿੰਘ ਜੀ ਰੋਡੇ ਤਿੰਨਾਂ ਦੇ ਭਰਾ ਸਿੰਘ ਸਾਹਿਬ ਭਾਈ ਲਖਵੀਰ ਸਿੰਘ ਜੀ ਰੋਡੇ ਜਿਨ੍ਹਾਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਵਾਸਤੇ ਜਲਾ ਵਤਨ ਹੋ ਕੇ ਆਪਣੀ ਜ਼ਿੰਦਗੀ ਜੋ ਹੈ ਉਹ ਕੌਮ ਦੇ ਲੇਖੇ ਲਾਈ 1991 ਦੇ ਵਿੱਚ ਕੈਨੇਡਾ ਦੀ ਧਰਤੀ ਨੂੰ ਛੱਡ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਵਾਸਤੇ ਤਨ ਮਨ ਘੋਲ ਘੁਮਾਇਆ ਔਰ ਪਿਛਲੇ ਦਿਨੀ ਜੋ ਅਕਾਲ ਚਲਾਣਾ ਕਰ ਗਏ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਜੂਝਦਿਆਂ ਹੋਏ ਤਿੰਨਾਂ ਨੂੰ ਸਮਰਪਿਤ ਹੋ ਕੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋ ਰਹੇ ਨੇ 15 ਤਰੀਕ ਨੂੰ 17 ਦਸੰਬਰ ਨੂੰ ਦੁਪਹਿਰ 2 ਵਜੇ ਸ੍ਰੀ ਅਖੰਡ ਜਾਪ ਸਾਹਿਬ ਜੀ ਦੇ ਭੋਗ ਪੈਣਗੇ ਉਪਰੰਤ ਦੀਵਾਨ ਸਜਣਗੇ ਪਾਤਸ਼ਾਹ ਭਾਈ ਲਖਵੀਰ ਸਿੰਘ ਜੀ ਰੋਡੇ ਤਿੰਨਾਂ ਦੇ ਨਿਮਿਤ ਅਰਦਾਸ ਬੇਨਤੀ ਹੋਵੇਗੀ ਬੇਨਤੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਭਨਾਂ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜਿਹੜੇ ਕੌਮ ਦੇ ਵਾਸਤੇ ਆਪਣੀਆਂ ਜ਼ਿੰਦਗਾਨੀਆਂ ਘੋਲ ਘੁਮਾ ਰਹੇ ਨੇ ਤਿੰਨਾਂ ਦੀਆਂ ਬਾਤਾਂ ਪਾਵਾਂਗੇ
दीवान सजणगे गुरु चरणां विच जुड़ांगे। बेनती है नाल दी नाल बेनती है श्री माछीवाड़ा साहिब इलाका निवासी और रूमी नगर निवासी तिना समूह संगतां वालों रल मिल के जो पोह दे महीने दे शहीद ने समुचे शहीदां नूं समर्पित होके कलगीधर दशमेश पिता दे साहिबजादे बाबा अजीत सिंह बाबा जुझार सिंह बाबा जोरावर सिंह बाबा फतेह सिंह माता गुजर कौर अते होर अनेक शहीदां नूं याद करदे आं 23 दसंबर नूं श्री अखंड पाठ साहिब जी आरंभ होणगे 25 दसंबर दिन सोमवार वाले दिन इस मेन हाल दे विच श्री अखंड पाठ साहिब जी दे भोग पैणगे उपरंत दीवान सजणगे। आप संगतां नूं बेनती है पहुंचण दी कृपालता करनी सतगुरु कृपा करन इह जो दीवान समागम हो रहे ने इन्हां दीआं बेनतीआं करन दा मकसद इह है ਬੇ ਆਪਾਂ ਇਹਨਾਂ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਜ਼ਿੰਦਗੀ ਦਾ ਕੁਝ ਨਾ ਕੁਝ ਲਾਹਾ ਲੈ ਸਕੀਏ। ਸਤਿਗੁਰ ਕਿਰਪਾ ਕਰਨ ਜਿੰਨਾ ਵੀ ਸਮਾਂ ਹੋਵੇ ਹਾਜ਼ਰੀਆਂ ਜ਼ਰੂਰ ਭਰਨ ਦੀ ਕਿਰਪਾਲਤਾ ਕਰਿਓ। ਆਓ ਜਿਤਨਾ ਸਮਾਂ ਸਤਿਗੁਰ ਮਹਾਰਾਜ ਜੀ ਨੇ ਬਖਸ਼ਿਆ ਹੈ ਗੁਰੂ ਚਰਨਾਂ ਦੇ ਵਿੱਚ ਉਹ ਸਮਾਂ ਜੁੜ ਕੇ ਸਫਲਾ ਕਰੀਏ ਗੁਰੂ ਚਰਨਾਂ ਦੀਆਂ ਖੁਸ਼ੀਆਂ ਲਈ। ਸਤਿਗੁਰ ਮਹਾਰਾਜ ਜੀ ਦੇ ਦਰ ਤੇ ਆ ਰਹੇ ਹਾਂ ਸਤਿਗੁਰ ਮਹਾਰਾਜ ਜੀ ਦੇ ਦਰਸ਼ਨ ਦੀਦਾਰਿਆਂ ਦੇ ਵਾਸਤੇ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਨਤਮਸਤਕ ਹੋਣ ਦੇ ਵਾਸਤੇ ਸਤਿਗੁਰ ਜੀ ਕਿਰਪਾ ਕਰਨ ਆਪ ਸਭਨਾਂ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖਣ ਔਰ ਇਸੇ ਤਰ੍ਹਾਂ ਆਪਣੇ ਦਰਸ਼ਨ ਦੀਦਾਰੇ ਬਖਸ਼ਦੇ ਰਹਿਣ। ਸਿੱਖ ਦੀ ਜੋ ਜ਼ਿੰਦਗੀ ਹੈ ਉਹ ਗੁਰੂ ਤੋਂ ਸ਼ੁਰੂ ਹੋਣੀ ਚਾਹੀਦੀ ਹੈ ਤੇ ਗੁਰੂ ਤੇ ਹੀ ਖਤਮ ਹੋਣੀ ਚਾਹੀਦੀ ਹੈ। ਜਿਹੜਾ ਆਲੇ ਦੁਆਲੇ ਝਾਕ ਰੱਖਦਾ ਉਹ ਗੁਰੂ ਦਾ ਸਿੱਖ ਹੋ ਹੀ ਨਹੀਂ ਸਕਦਾ ਕਹਾਈ ਜਿੰਨਾ ਮਰਜ਼ੀ ਜਾਵੇ। ਅੱਜ ਕਈ ਐਸੇ ਹੁੰਦੇ ਨੇ ਸੋਸ਼ਲ ਮੀਡੀਆ ਦਾ ਜ਼ਮਾਨਾ ਸਿਰ ਤੇ ਦਸਤਾਰ ਗਲ ਦੇ ਵਿੱਚ ਗੁਰ ਕਲਗੀਧਰ ਮਹਾਰਾਜ ਦੀ ਬਖਸ਼ੀ ਹੋਈ ਸ੍ਰੀ ਸਾਹਿਬ ਬਾਣਾ ਪਾਇਆ ਹੋਇਆ ਤੇ ਥਾਂ ਥਾਂ ਤੇ ਮੱਥੇ ਰਗੜਦੇ ਫਿਰਦੇ ਨੇ ਤੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਇਹੀ ਕਹਿਣਗੇ ਹਮੇਸ਼ਾ ਜੀ ਅਸੀਂ ਤਾਂ ਭਾਈਚਾਰਕ ਸਾਂਝ ਨਿਭਾ ਰਹੇ ਹਾਂ। ਭਾਈਚਾਰਕ ਸਾਂਝ ਨਿਭਾਉਣ ਦੇ ਹੋਰ ਬੜੇ ਤਰੀਕੇ ਨੇ ਸਮਾਜਿਕ ਸਾਂਝ ਨਿਭਾਉਣ ਦੇ ਹੋਰ ਬੜੇ ਤਰੀਕੇ ਨੇ ਨਿਭਾਉਣੀ ਚਾਹੀਦੀ ਭਾਈਚਾਰਕ ਸਾਂਝ ਵੀ ਬਣੀ ਰਹਿਣੀ ਚਾਹੀਦੀ ਹੈ ਸਮਾਜਿਕ ਸਾਂਝ ਵੀ ਬਣੀ ਰਹਿਣੀ ਚਾਹੀਦੀ ਪਰ ਜਿਹੜੇ ਗੁਰੂ ਨੂੰ ਤੋੜ ਕੇ ਗੁਰੂ ਨੂੰ ਬੇਮੁਖ ਕਰਕੇ ਭਾਈਚਾਰਕ ਸਾਂਝ ਬਣਾਉਣੀ ਹੈ ਉਹ ਸਾਡੇ ਜੀਵਨ ਨੂੰ ਤਬਾਹ ਕਰ ਦੇਵੇ ਕਿਉਂਕਿ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦਾ ਫੁਰਮਾਨ ਹੈ। ਦਾਤਾਰ ਮਹਾਰਾਜ ਜੀ ਕਹਿੰਦੇ ਨੇ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਣ ਨਾ ਜਾਈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਚਨ ਨੇ। ਦਾਤਾਰ ਮਹਾਰਾਜ ਜੀ ਕਹਿੰਦੇ ਦੁਬਦਾ ਦੇ ਵਿੱਚ ਨਹੀਂ ਪੈਣਾ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਨਹੀਂ ਕਰਨੀ। ਪੂਜਾ ਅਕਾਲ ਕੀ ਸਿਰਫ ਅਕਾਲ ਦੀ ਪੂਜਾ ਕਰਨੀ। ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਣ ਨਾ ਜਾਈ। ਭਾਵ ਸਤਿਗੁਰ ਮਹਾਰਾਜ ਨੇ ਸਿੱਧਾ ਅਤੇ ਸਪਸ਼ਟ ਜਿਹਾ ਕਹਿ ਦਿੱਤਾ ਗੁਰੂ ਔਰ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੇ ਅੱਗੇ ਮੱਥਾ ਨਹੀਂ ਰਗੜਨਾ ਮੱਥਾ ਨਹੀਂ ਟੇਕਣਾ। ਉਹ ਕਿੰਨਾ ਪੂਜਨੀਕ ਹੈ ਸਤਿਕਾਰ ਸਾਰਿਆਂ ਦਾ ਹੋਣਾ ਚਾਹੀਦਾ ਪਰ ਜਿਹੜਾ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਛੱਡ ਕੇ ਹੋਰ ਥਾਂ ਤੇ ਉੱਤੇ ਜਾ ਕੇ ਮੱਥਾ ਰਗੜਦਾ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਕਿਉਂਕਿ ਗੁਰੂ ਦੇ ਸਿੱਖ ਦਾ ਸਿਰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਚੁੱਕਦਾ ਤੇ ਜਿਹੜੇ ਗੁਰੂ ਦੇ ਸਿੱਖ ਗੁਰੂ ਦੇ ਦਰਸ਼ਨਾਂ ਲਈ ਆਉਂਦੇ ਨੇ ਉਹ ਵੱਡੇ ਭਾਗਾਂ ਵਾਲੇ ਕਿਉਂਕਿ ਗੁਰੂ ਦੇ ਸਿੱਖ ਦਾ ਜੀਵਨ ਹੈ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਐ ਦਾਤਾਰ ਤੇਰੇ ਦਰਸ਼ਨਾਂ ਨਾਲ ਮੇਰੀ ਜ਼ਿੰਦਗੀ ਤੇ ਹੁਣ ਦਰਸ਼ਨ ਜਿਹੜੇ ਨੇ ਉਹ ਦੋ ਤਰੀਕੇ ਦੇ ਉਹ ਸਾਨੂੰ ਸਮਝਣਾ ਪਵੇਗਾ। ਸਾਡੇ ਥਾਂ ਥਾਂ ਦੇ ਉੱਤੇ ਭਟਕਣ ਦਾ ਕਾਰਨ ਕੀ ਹੈ ਉਹ ਕਾਰਨ ਇਹ ਹੈ ਵੀ ਇੱਕ ਦਰਸ਼ਨ ਤਾਂ ਅਸੀਂ ਕਰਦੇ ਹਾਂ ਗੁਰੂ ਦੇ ਇੱਕ ਦਰਸ਼ਨ ਨਹੀਂ ਕਰਦੇ। ਹੁਣ ਅਸੀਂ ਕਵਾਂਗੇ ਵੀ ਅਸੀਂ ਤਾਂ ਗੁਰੂ ਦੇ ਕੋਲ ਜਦੋਂ ਆਉਂਦੇ ਅਸੀਂ ਤਾਂ ਦਰਸ਼ਨ ਕਰੀਦੇ ਐਸਾ ਕਿਹੜਾ ਦਰਸ਼ਨ ਹੋਇਆ ਜਿਹੜਾ ਅਸੀਂ ਨਾ ਕੀਤਾ ਹੋਵੇ ਕਦੇ। ਇਹਨਾਂ ਅੱਖਾਂ ਦੇ ਨਾਲ ਅਸੀਂ ਗੁਰਦੁਆਰੇ ਦੀ ਬਿਲਡਿੰਗ ਦੇ ਦਰਸ਼ਨ ਕਰਦੇ ਹਾਂ ਇਹਨਾਂ ਨੇਤਰਾਂ ਦੇ ਨਾਲ ਅਸੀਂ ਸੁੰਦਰ ਚੰਦੋਇਆ ਸਾਹਿਬ ਸੁੰਦਰ ਪਾਲਕੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਖ਼ਤ ਦੇ ਉੱਤੇ ਬਿਰਾਜਮਾਨ ਸਤਿਗੁਰ ਮਹਾਰਾਜ ਜੀ ਦੇ ਵਾਰੀ ਸਰੂਪ ਦੇ ਦਰਸ਼ਨ ਕਰਦੇ ਹਾਂ। ਇਹਨਾਂ ਅੱਖਾਂ ਦੇ ਨਾਲ ਅਸੀਂ ਸ਼ਬਦ ਦੇ ਦਰਸ਼ਨ ਕਰਦੇ ਹਾਂ ਪਰ ਜਿਹੜਾ ਸ਼ਬਦ ਦਾ ਗਿਆਨ ਹੈ ਉਹਦੇ ਦਰਸ਼ਨ ਸਾਡੀ ਸੁਰਤ ਨੇ ਕਰਨੇ ਉਹ ਦਰਸ਼ਨ ਸਾਡੀ ਸੁਰਤ ਨੇ ਕਰਨੇ ਨੇ। ਜਿੱਦਣ ਸਾਡੀ ਸੁਰਤ ਨੇ ਉਹ ਦਰਸ਼ਨ ਕਰ ਲੈ ਉਸ ਦਿਨ ਅਸੀਂ ਥਾਂ ਥਾਂ ਤੇ ਭਟਕਣਾ ਛੱਡ ਦੇਵਾਂਗੇ।
ਜਿੱਦਣ ਸਾਡੀ ਸੁਰਤੀ ਜਿਹੜੀ ਹੈ ਸ਼ਬਦ ਦੇ ਵਿੱਚ ਜੁੜ ਗਈ, ਇਹਨਾਂ ਅੱਖਾਂ ਦੇ ਨਾਲ ਅਸੀਂ ਦਰਸ਼ਨ ਕਰਦੇ ਹਾਂ, ਇਹਨਾਂ ਕੰਨਾਂ ਦੇ ਨਾਲ ਅਸੀਂ ਸ਼ਬਦ ਸੁਣ ਲੈਂਦੇ ਹਾਂ, ਇਹਨਾਂ ਪੈਰਾਂ ਦੇ ਨਾਲ ਅਸੀਂ ਚੱਲ ਕੇ ਗੁਰੂ ਘਰ ਆ ਜਾਂਦੇ ਹਾਂ, ਪਰ ਜਿਹੜੀ ਸਾਡੀ ਸੁਰਤੀ ਹੈ ਉਹ ਗੁਰੂ ਦੇ ਦਰਸ਼ਨ ਨਹੀਂ ਕਰਦੀ। ਸਾਡੀ ਸੁਰਤੀ ਨਹੀਂ ਗੁਰੂ ਦੇ ਦਰਸ਼ਨਾਂ ਵਿੱਚ ਲਈ, ਬਾਹਰਲੇ ਦਰਸ਼ਨ ਅਸੀਂ ਕਰ ਲਏ, ਅੰਦਰਲੇ ਦਰਸ਼ਨ ਰਹਿ ਗਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿੱਧਾ ਨੇ ਪੁੱਛਿਆ ਸੀ, ਮਹਾਰਾਜ ਤੁਹਾਡਾ ਗੁਰੂ ਕੌਣ ਹੈ? ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਸ਼ਬਦ ਗੁਰੂ। ਤੇ ਸਿੱਧ ਕਹਿਣ ਲੱਗੇ, ਮਹਾਰਾਜ ਸ਼ਬਦ ਦੇ ਚੇਲੇ ਕਿੱਦਾਂ ਬਣਿਆ ਜਾ ਸਕਦਾ? ਜੇ ਸ਼ਬਦ ਗੁਰੂ ਹੈ, ਸ਼ਬਦ ਨੂੰ ਮੰਨਿਆ ਕਿੱਦਾਂ ਜਾ ਸਕਦਾ? ਸ਼ਬਦ ਦੇ ਦਰਸ਼ਨ ਕਿੱਦਾਂ ਕੀਤੇ ਜਾ ਸਕਦੇ ਨੇ? ਮਹਾਰਾਜ ਜੀ ਕਹਿੰਦੇ ਸੁਰਤ ਧੁਨ ਚੇਲਾ, ਆਪਣੀ ਸੁਰਤੀ ਨੂੰ ਸ਼ਬਦ ਦੀ ਧੁਨੀ ਦੇ ਵਿੱਚ ਜੋੜਨਾ, ਉਹਦਾ ਚੇਲਾ ਬਣਾਉਣਾ, ਇਹ ਸ਼ਬਦ ਦੇ ਦਰਸ਼ਨ ਨੇ। ਕੋਈ ਸ਼ਬਦ ਲਿਖ ਦਿੱਤਾ, ਉਹ ਸ਼ਬਦ ਅਸੀਂ ਪੜ੍ਹ ਲਿਆ, ਉਹ ਸ਼ਬਦ ਕਿੰਨਾ ਕੁ ਡੂੰਘਾਈ ਤੱਕ ਅਰਥ ਰੱਖਦਾ, ਉੱਥੇ ਸਾਨੂੰ ਆਪਣੀ ਸੁਰਤ ਲੈ ਕੇ ਜਾਣੀ ਪਵੇ। ਜਿੰਨਾ ਚਿਰ ਉਹਦੇ ਵਿੱਚ ਸੁਰਤ ਨਹੀਂ ਉਤਰਦੀ, ਉਨਾ ਚਿਰ ਸਾਨੂੰ ਸ਼ਬਦ ਦਾ ਮਾਇਨਾ ਨਹੀਂ ਪਤਾ ਲੱਗੇਗਾ। ਕੋਈ ਵੀ ਸ਼ਬਦ, ਕਿਸੇ ਵੀ ਸ਼ਬਦ ਦਾ ਮਾਇਨਾ। ਹੁਣ ਸ਼ਬਦ ਬੜਾ ਛੋਟਾ ਜਿਹਾ, ਭਰੋਸਾ, ਭਰੋਸਾ ਹੁੰਦਾ ਕਿੱਦਾਂ, ਕਿਵੇਂ ਕਰਨਾ, ਕਿਸ ਤਰ੍ਹਾਂ ਹੋ ਸਕਦਾ, ਉਹਦੇ ਵਿੱਚ ਸਾਨੂੰ ਸੁਰਤ ਲੈ ਕੇ ਜਾਣੀ ਪਵੇਗੀ। ਜਿਹਦੀ ਸੁਰਤ ਭਰੋਸੇ ਦੇ ਵਿੱਚ ਜੁੜ ਗਈ, ਉਹ ਗੁਰੂ ਤੇ ਭਰੋਸਾ ਕਰੇਗਾ। ਜਿਹਦੀ ਸੁਰਤ ਨਹੀਂ ਜੁੜੀ, ਉਹਦਾ ਭਰੋਸਾ ਟੁੱਟਿਆ ਹੀ ਰਹਿੰਦਾ, ਉਹ ਜਗ੍ਹਾ ਜਗ੍ਹਾ ਤੇ ਭਟਕਦਾ ਰਹਿੰਦਾ ਕਿਸੇ ਵੀ ਰਿਸ਼ਤੇ ਦੇ ਵਿੱਚ। ਜੇ ਭਰੋਸੇ ਸ਼ਬਦ ਦੇ ਵਿੱਚ ਸੁਰਤ ਜੁੜ ਗਈ, ਪਤੀ ਪਤਨੀ ਦਾ ਰਿਸ਼ਤਾ ਦੁਨੀਆਂ ਦਾ ਖੂਬਸੂਰਤ ਰਿਸ਼ਤਾ ਬਣ ਜਾਂਦਾ। ਜੇ ਭਰੋਸੇ ਦੇ ਵਿੱਚ ਸੁਰਤ ਨਾ ਜੁੜੀ, ਭਰੋਸਾ ਟੁੱਟਿਆ ਰਿਹਾ, ਤੇ ਉਹੀ ਰਿਸ਼ਤਾ ਦੁਨੀਆਂ ਦਾ ਸਭ ਤੋਂ ਬਦਸੂਰਤ ਰਿਸ਼ਤਾ ਬਣ ਜਾਂਦਾ। ਇਸੇ ਤਰ੍ਹਾਂ ਦਾ ਇਹ ਰਿਸ਼ਤਾ ਹੈ ਗੁਰੂ ਤੇ ਚੇਲੇ ਦਾ, ਗੁਰੂ ਤੇ ਸਿੱਖ ਦਾ। ਸਤਿਗੁਰ ਸਾਡਾ ਖਸਮ ਵੀ ਹੈ, ਮਾਲਕ ਵੀ ਹੈ, ਨਾਇਕ ਵੀ ਹੈ, ਦਾਤਾ ਵੀ ਹੈ, ਪ੍ਰਤਪਾਲਕ ਵੀ ਹੈ, ਠਾਕੁਰ ਵੀ। ਤੇ ਸਤਿਗੁਰ ਦੇ ਅਸੀਂ ਨੌਕਰ ਆ, ਗੁਲਾਮ ਆ, ਮੁੱਲ ਖਰੀਦੇ ਲਾਲੇ ਗੋਲੇ। ਤੇ ਸਤਿਗੁਰ ਮਹਾਰਾਜ ਦੇ ਚਰਨਾਂ 'ਤੇ ਸਾਡੀ ਸ਼ਬਦ ਦੇ ਵਿੱਚ ਸੁਰਤ ਜੁੜਨੀ ਚਾਹੀਦੀ। ਅਸੀਂ ਬਾਹਰ ਹੀ ਦਰਸ਼ਨ ਕਰ ਰਹੇ ਹਾਂ, ਸਾਡੀ ਸੁਰਤ ਨੇ ਜਿੱਦਣ ਦਰਸ਼ਨ ਕਰ ਲਿਆ, ਉਦਣ ਸਾਡਾ ਕਰਮ ਪੂਰਾ ਹੋ ਜਾਵੇਗਾ, ਉਦਣ ਅਸੀਂ ਸੱਚਮੁੱਚ ਗਾਵਾਂਗੇ, ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ। ਫਿਰ ਸਤਿਗੁਰ ਮਹਾਰਾਜ ਜੀ ਕਹਿੰਦੇ ਕਰਮ ਪੂਰੇ ਹੋ ਜਾਂਦੇ ਨੇ, ਸੁਰਤ ਗੁਰੂ ਦੇ ਵਿੱਚ ਜੁੜੀ। ਆਓ ਸੁਰਤੀਆਂ ਬਿਰਤੀਆਂ ਇਕਾਗਰ ਕਰੋ, ਜੋ ਲੜੀਵਾਰ ਇਤਿਹਾਸ ਆਰੰਭ ਕੀਤਾ ਉਸ ਇਤਿਹਾਸ ਦੀ ਲੜੀ ਨਾਲ ਜੁੜਨਾ ਕਰੀਏ, ਤਾਂ ਕਿ ਸਾਡਾ ਗੁਰੂ ਤੇ ਭਰੋਸਾ ਬਣੇ। ਸੁਰਤ ਦੇ ਕਰਕੇ ਆਪਾਂ ਇਤਿਹਾਸ ਦੇ ਨਾਲ ਨਾਲ ਚੱਲਣਾ ਹੈ, ਸਰੀਰ ਦੇ ਕਰਕੇ ਗੁਰੂ ਦਰਬਾਰ ਦੇ ਵਿੱਚ ਬਹਿਣਾ ਹੈ। ਸੁਰਤ ਸਾਡੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਹੋਵੇ, ਗੁਰੂ ਚਰਨਾਂ ਦੇ ਵਿੱਚ ਹੋਵੇ, ਸਾਨੂੰ ਇਤਿਹਾਸ ਦੀ ਸਿੱਖਿਆ ਪਤਾ ਲੱਗ ਜਾਵੇਗੀ, ਇਤਿਹਾਸ ਦੇ ਵਿੱਚੋਂ ਆਨੰਦ ਆ ਜਾਵੇਗਾ, ਜੀਵਨ ਦੀਆਂ ਘੜੀਆਂ ਸਫਲੀਆਂ ਹੋ ਜਾਣਗੀਆਂ। ਆਓ ਇਤਿਹਾਸ ਦੀ ਆਰੰਭਤਾ ਕਰੀਏ। ਆਰੰਭਤਾ ਤੋਂ ਪਹਿਲਾਂ ਸਮੁੱਚੇ ਸੰਸਾਰ ਦੀ ਭਲਾਈ ਲਈ ਅਰਦਾਸ ਕਰਦਿਆਂ ਆਖੋ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਿਗੁਰ ਮਹਾਰਾਜ ਬਖਸ਼ਿਸ਼ਾਂ ਕਿਵੇਂ ਕਰਦਾ ਹੈ? ਦੀਨ ਦੁਨੀਆਂ ਦੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਇਹਨਾਂ ਦੇ ਜੀਵਨ ਇਤਿਹਾਸ ਨਾਲ ਜੁੜਦੇ ਆ ਰਹੇ। ਆਸਾਮ ਦੇ ਵਿੱਚ ਇੱਕ ਰਿਆਸਤ ਪੈਂਦੀ ਹੈ ਜਿਹਦਾ ਨਾਮ ਹੈ ਸਿਲੀਗੁੜੀ। ਸਾਡੇ ਇਤਿਹਾਸਕਾਰਾਂ ਨੇ ਇਸ ਰਿਆਸਤ ਦਾ ਇਤਿਹਾਸ ਲਿਖਿਆ। ਕੁਝ ਗੁਰੂ ਘਰ ਨਾਲ ਬੜੀ ਨੇੜਤਾ। ਇਸ ਰਿਆਸਤ ਦਾ ਜਿਹੜਾ ਰਾਜਾ ਹੈ, 12 ਕੁ ਸਾਲਾਂ ਦਾ ਨੌਜਵਾਨ, ਸ਼ੀਸ਼ੇ ਦੇ ਸਾਹਮਣੇ ਬੈਠਾ, ਸ਼ੀਸ਼ੇ ਦੇ ਸਾਹਮਣੇ ਬੈਠ ਕੇ ਤੇ ਆਪਣੇ ਆਪ ਨੂੰ ਨਿਹਾਰ ਰਿਹਾ, ਆਪਣੇ ਸਰੂਪ ਨੂੰ ਦੇਖ ਕੇ ਗਦ ਗਦ ਹੋ ਰਿਹਾ, ਖੁਸ਼ ਹੋ ਰਿਹਾ ਵੀ ਮੇਰੇ ਜਿੰਨਾ ਸੁਹੱਪਣ ਨਹੀਂ ਹੈ ਕਿਸੇ ਪਾਸੇ। ਇੱਕ ਤਾਂ ਮੈਂ ਰਾਜਾ, ਮੇਰੇ ਕੋਲ ਸ਼ੋਹਰਤ, ਇੱਕ ਮੇਰੇ ਵਰਗਾ ਸੁਹੱਪਣ। ਵਾਰ ਵਾਰ ਸ਼ੀਸ਼ੇ ਦੇ ਵਿੱਚ ਆਪਣੇ ਚਿਹਰੇ ਨੂੰ ਦੇਖੀ ਜਾਂਦਾ, ਆਪਣੀ ਸੁੰਦਰਤਾ ਦੇਖੀ ਜਾਂਦਾ, ਖੁਸ਼ ਹੋਈ ਜਾਂਦਾ। ਸੁੰਦਰਤਾ ਦੇਖਦਿਆਂ ਦੇਖਦਿਆਂ ਸ਼ੀਸ਼ੇ ਦੇ ਵਿੱਚ ਉਹਦਾ ਧਿਆਨ ਪਿਆ ਵੀ ਉਹਦੇ ਮੱਥੇ ਦੇ ਉੱਤੇ ਇੱਕ ਦਾਗ ਹੈ। ਆਪਣੇ ਮੱਥੇ ਦੇ ਦਾਗ ਵੱਲ ਦੇਖਿਆ ਤੇ ਯਕਦਮ ਬੋਲਿਆ, ਉਹ ਜੇ ਕਿਤੇ ਇਹ ਦਾਗ ਨਾ ਹੁੰਦਾ, ਮੇਰੇ ਵਰਗਾ ਸੋਹਣਾ ਸੰਸਾਰ 'ਚ ਹੋਣਾ ਹੀ ਕੋਈ ਨਹੀਂ ਸੀ। ਆਹ ਦਾਗ ਨੇ ਤਾਂ ਮੇਰੀ ਸੁਹੱਪਣ ਦੇ ਉੱਤੇ ਆ ਕੇ ਮਿੱਟੀ ਪਾ ਦਿੱਤੀ, ਆਹ ਦਾਗ ਨੇ ਤਾਂ ਮੇਰਾ ਸੁਹੱਪਣ ਖਰਾਬ ਕਰ ਦਿੱਤਾ। ਨਹੀਂ ਤਾਂ ਦੁਨੀਆਂ ਵਾਲਿਆਂ ਨੇ ਕਹਿਣਾ ਸੀ ਵੀ ਆਹ ਜਿਹੜਾ ਆਸਾਮ ਦੇ ਵਿੱਚ ਰਾਜਾ ਪੈਂਦਾ ਇਸ ਰਿਆਸਤ ਦਾ, ਇਹਦੇ ਵਰਗਾ ਸੋਹਣਾ ਰਾਜਕੁਮਾਰ ਹੀ ਕੋਈ ਨਹੀਂ। ਆਹ ਦਾਗ ਤਾਂ ਹੋਣਾ ਹੀ ਨਹੀਂ ਚਾਹੀਦਾ, ਇਹਦਾ ਕੋਈ ਇਲਾਜ ਹੋਣਾ ਚਾਹੀਦਾ। ਇਤਨੇ ਚਿਰ ਨੂੰ
उस राजकुमार दी राजे दी मां आ गई कमरे दे विच, उन्हें गल्लां सुनियां अपने पुत दी। जदों उन्हें एक बार फिर कहा आ दाग नहीं होना चाहिए, उहदी मां ने जाके उहदे मुंह ते हथ रख दिता। कहण लगी पुत जे आ दाग ना हुंदा ते तू भी नहीं होना सी। आ दाग जिन्हों तू दाग दस रहा है मेरे वास्ते ए एक अमृत दी बूंद है, जिदे करके मेरा जिंदगी है, जिदे करके मेरी समाज नाल सांझ पई, जिदे करके जेड़े मेनू ताने मेने मिलदे सी उह ताने मेने मेनू सुनने बंद होए, जिदे करके साडी आ रियासत बची हुई आ एक दाग। वह हैरान हो गया, वह कह लगा आ दाग, इस दाग दे करके ए किवें हो सकदा है, ए दाग दे पिछे की कहानी है। ते ओ राजकुमार ओदी मां उनू फिर ओ दाग दे पिछे दी कहानी दसन लगी भी असी भरोसा कीता, उस भरोसे दे विचों उस विश्वास दे विचों पुत जे सानू कोई फल मिलिया ते ओ फल तू सी, ओ दात तू सी। ते ओ राजकुमार कहण लगा मां हुण मेरा मन एक पल नहीं खड़दा, मेरा दिल एक पल नहीं खड़दा, छेती कर दस मैनू ऐसा केड़ा भरोसा किदे ते भरोसा। ते फिर राजकुमार दी मां दसन लगी, कहन लगी समा सी साडे कोल दुनिया दे सारे सुख सन, साडे कोल आराज भी सी, नौकर चाकर भी सी, पर साडी गोद दे विच लाल नहीं सी, पुत तू नहीं सी। फिर सानू किसे ने दस पाई भई इस असाम दी धरती दे उत्ते एक ऐसा अवतार, एक ऐसा रबी पुरश, एक ऐसा अकाल पुरख दा रूप, एक ऐसी जोत आई है जिस जोत ने सदियां सदियां दा झगड़ा नवेड़ के दो राजां दे विच सुलह करवा दित्ती। ते ओ ऐसी जोत जिहड़ियां झोलियां भर दिंदी है जिन्हें उहदे कोलो जो मंगिया। सानू पता लग मैं ते तेरे पिता असी कुछ वस्तां लईआं, असी कुछ पेटावां लईआं, ਉਹ ਭੇਟਾਵਾਂ ਲੈ ਕੇ ਤੇ ਅਸੀਂ ਉਸ ਪਾਸੇ ਨੂੰ ਤੁਰ ਪਏ। ਪਤਾ ਕਰਦਿਆਂ ਕਰਾਉਂਦਿਆਂ ਸਾਡੇ ਕੰਨਾਂ ਦੇ ਵਿੱਚ ਆਵਾਜ਼ ਪੈ ਗਈ, ਇਹ ਜੋਤ ਕੋਈ ਹੋਰ ਨਹੀਂ, ਇਹ ਗੁਰੂ ਨਾਨਕ ਦੀ ਜੋਤ ਹੈ, ਗੁਰੂ ਨਾਨਕ ਦੇ ਨੌਵੇਂ ਸਵਰੂਪ ਨੇ, ਇਹ ਉਹ ਸਤਿਗੁਰ ਨੇ ਜਿਨ੍ਹਾਂ ਦੇ ਸਿਮਰਨ ਮਾਤਰ ਦੇ ਨਾਲ ਦੁਨੀਆਂ ਦੇ ਸਾਰੇ ਸੁੱਖ ਮਿਲ ਜਾਂਦੇ। ਸਾਡੇ ਕੰਨਾਂ 'ਚ ਆਵਾਜ਼ ਪੈ ਗਈ ਇਹਨਾਂ ਦਾ ਨਾਮ ਹੈ ਗੁਰੂ ਤੇਗ ਬਹਾਦਰ ਮਹਾਰਾਜ। ਅਸੀਂ ਪੁੱਛਦਿਆਂ ਪਛਾਉਂਦਿਆਂ ਉਸ ਧਰਤੀ ਤੇ ਪਹੁੰਚ ਗਏ ਜਿੱਥੇ ਸਤਿਗੁਰ ਨੇ ਨਿਵਾਸ ਰੱਖਿਆ ਆਸਾਮ ਦੇ ਵਿੱਚ। ਅਸੀਂ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਨਮਸਕਾਰਾਂ ਕੀਤੀਆਂ, ਭੇਟਾਵਾਂ ਰੱਖੀਆਂ। ਦੀਨ ਦੁਨੀਆਂ ਦੇ ਮਾਲਕ ਅੰਤਰਜਾਮੀ ਸਤਿਗੁਰੂ ਘੱਟ ਘੱਟ ਦੇ ਜਾਣਨ ਵਾਲੇ, ਸਾਰਿਆਂ ਦੇ ਦੁੱਖਾਂ ਨੂੰ ਹਰਨ ਵਾਲੇ, ਉਹਨਾਂ ਨੇ ਸਾਡੇ ਚਿਹਰੇ ਪੜ੍ਹ ਲਿਆ, ਸਾਡਾ ਮਨ ਪੜ੍ਹ ਲਿਆ, ਸਾਡਾ ਅੰਦਰ ਪੜ੍ਹ ਲਿਆ। ਤੇ ਪ੍ਰੇਮ ਨਾਲ ਪੁੱਛਣ ਲੱਗੇ ਬੇਟਾ ਜੀ ਕਿਵੇਂ ਆਉਣਾ ਹੋਇਆ ਤੁਹਾਡੇ ਪਿਤਾ ਜੀ ਤੇ ਮੈਂ, ਸਾਡਾ ਦਿਲ ਨਾ ਠਹਿਰਿਆ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਾਨੂੰ ਪੁੱਛਿਆ, ਅਸੀਂ ਕੁਝ ਬੇਨਤੀਆਂ ਕੀਤੀਆਂ, ਜਿਹੜੀਆਂ ਬੇਨਤੀਆਂ ਕੀਤੀਆਂ ਆਪਣੇ ਪੁੱਤ ਨੂੰ ਦੱਸ ਰਹੀ ਹੈ, ਉਹ ਬੇਨਤੀਆਂ ਢਾਡੀ ਜਥਾ ਬੰਦਗੀ ਦੇ ਰਾਹੀਂ ਇਉਂ ਬਿਆਨ ਕਰ ਰਹੇ ਹਾਂ। ਰਲਾ ਦਿਓ ਮੇਰੀ ਸਖਣੀ ਚੋਲੀ ਦਾਤਿਆ, ਰਹਿਮਤ ਦਾ ਕਿਣਕਾ ਪਾ ਦਿਓ ਮੇਰੀ।
ਸੱਖਣੀ ਸੱਖਣੀ ਚੋਲੀ ਦਾਤਿਆ नजर खेडदा लाल ना किस अर्थ आउणगे बंगले जे मिलिया सोना पालना अर्थ आउणगे बंगले जे मिलिया सोना बालना नाल साज रला दियो मेरी सखनी चोली दातिया ना होवे जगत दा कुगे पीर मना थके नहीं मिलिया वारिस तख्त दा कुगे पीर मना थके मेरा सीना विनिया बोलिया चखमा ते मरम लगा दियो साडी जग नाल साज रला दियो मेरी सखनी चोली दातिया संताप दा जो सखने यो यो जानी दे दिल तप दे वांग तंदूर ने हो दिल तप दे वांग तंदूर ने साढ़े ठंड नाल साज रला दियो मेरी सखनी चोली दातिया
ਸਾਡੇ ਤੋਂ ਜੇ ਪਿਆ ਆਸਾਂ ਨੂੰ ਪੂਰਨਾ ਜਿੰਦ ਤੜਪ ਤੜਪ ਕੇ ਤੜਪ ਤੜਪ ਕੇ ਤੁਰ ਜਾਊ ਜੇ ਮਿਲਿਆ ਅੱਖ ਦਾ ਨੂਰ ਨਾ ਤੜਪ ਤੜਪ ਜਿੰਦ ਤੁਰ ਜਾਊ ਕੋਈ ਸਰਵਣ ਬੇਟਾ ਭੇਜ ਕੇ ਸਾਰੇ ਜੱਗ ਵਿੱਚ ਨਾ ਚਮਕਾ ਦਿਓ ਇੱਕ ਸਾਧ ਪੁੱਤਰ ਦੀ ਬਖਸ਼ ਕੇ ਸਾਡੀ ਜੱਗ ਵਿੱਚ ਸਾਂਝ ਰਲਾ ਦਿਓ ਮੇਰੀ ਸੱਖਣੀ ਚੋਲੀ ਦਾਤਿਆ ਇੱਕ ਦਾਤ ਪੁੱਤਰ ਦੀ ਪਾ ਦਿਓ ਮੇਰੀ ਸੱਖਣੀ ਚੋਲੀ ਦਾਤਿਆ ਦੇ ਮਾਲਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਰਾਜਾ ਤੇ ਰਾਣੀ ਬੈਠੇ ਅਰਦਾਸਾਂ ਕਰ ਰਹੇ। ਰਾਣੀ ਆਪਣੇ ਪੁੱਤ ਨੂੰ ਉਸ ਦਾਗ ਦਾ ਇਤਿਹਾਸ, ਉਸ ਦਾਗ ਦੇ ਨਾਲ ਕਿਵੇਂ ਉਹ ਪ੍ਰਾਪਤ ਹੋਇਆ ਉਹ ਦੱਸ ਰਹੀ ਹੈ। ਰਾਣੀ ਅਰਦਾਸਾਂ ਕਰ ਰਹੀ, ਰਾਜਾ ਅਰਦਾਸਾਂ ਕਰ ਰਿਹਾ, ਦੋਨੇ ਪਤੀ ਪਤਨੀ। ਪਤੀ ਦਾ ਨਾਮ ਰਾਜਾ ਰਾਮ ਰਾਏ, ਪਤਨੀ ਜਿਹੜੀ ਹੈ ਉਸ ਰਾਜੇ ਦੀ ਰਾਣੀ ਪਟਰਾਣੀ। ਅਰਦਾਸਾਂ ਕਰਦਿਆਂ ਕਰਦਿਆਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨ ਆਪਣੇ ਨੈਣਾਂ ਦੇ ਨੀਰ ਦੇ ਨਾਲ ਧੋ ਦਿੱਤੇ। ਮਾਲਕ ਸਭ ਕੁਝ ਹੈ, ਕੋ ਨਹੀਂ ਹੈ, ਇੱਕ ਤਖਤ ਦਾ ਵਾਰਸ ਨਹੀਂ, ਘਰ ਦੇ ਵਿੱਚ ਬਾਲ ਨਹੀਂ, ਔਲਾਦ ਨਹੀਂ। ਇੱਕ ਪੰਜਾਬੀ ਦੇ ਸ਼ਾਇਰ ਨੇ ਲਿਖਿਆ, ਉਹ ਕਹਿੰਦਾ, ਮਾਮਾ ਹੋਵਣ ਰੱਜ ਰੱਜ ਭਰੀਆਂ, ਨਾਲ ਹੁਸਨ ਦੇ ਲੱਪ ਲੱਪ ਭਰੀਆਂ, ਸ਼ਾਹੀ ਘਰੀ ਵਿਆਹੀਆਂ ਵਰੀਆਂ, ਪਹਿਨਣ ਪੱਟ ਹੰਡਾਵਣ ਜਰੀਆਂ, ਪਰ ਪੂਰਾ ਕਦੇ ਸ਼ੰਗਾਰ ਨਾ ਹੋਵੇ ਜੇ ਗੋਦੀ ਵਿੱਚ ਲਾਲ ਨਾ ਹੋਵੇ। ਸਭ ਕੁਝ ਹੋਵੇ ਕੋਲ, ਜੇ ਗ੍ਰਿਸਤੀ ਦੇ ਕੋਲ ਘਰ ਦੇ ਵਿੱਚ ਔਲਾਦ ਨਾ ਹੋਵੇ, ਉਹਨੂੰ ਦੁਨੀਆਂ ਦੇ ਸਾਰੇ ਸੁੱਖ ਜਿਹੜੇ ਹੈ ਉਹ ਫਿੱਕੇ ਫਿੱਕੇ ਜੇ ਜਾਪਦੇ ਰਹਿੰਦੇ। ਔਲਾਦ ਦੇ ਵਾਸਤੇ ਮਾਪੇ ਕੀ ਨਹੀਂ ਕਰਦੇ, ਔਲਾਦ ਦੀ ਪ੍ਰਾਪਤੀ ਦੇ ਵਾਸਤੇ, ਔਲਾਦ ਦੇ ਭਲੇ ਦੀ ਵਾਸਤੇ ਆਪਾਂ ਇੱਥੇ ਗੁਰੂ ਚਰਨਾਂ ਚ ਬੈਠੇ ਹਾਂ। ਆਪਣੇ ਸਾਰਿਆਂ ਦੇ ਮਾਪਿਆਂ ਨੇ ਆਪਣੇ ਵਾਸਤੇ ਕਿੰਨਾ ਕੁਝ ਕੀਤਾ, ਜਾਂ ਕੁਝ ਮਾਪੇ ਆਪਣੇ ਬੱਚਿਆਂ ਲਈ ਕਿੰਨਾ ਕੁਝ ਕਰ ਰਹੇ ਨੇ। ਔਲਾਦ ਦੇ ਨਾਲ ਇਹ ਸੰਸਾਰ ਦੀ ਖੇਡ ਚੱਲਦੀ ਹੈ ਤੇ ਔਲਾਦ ਸਭ ਤੋਂ ਵੱਡੀ ਸੁਖੀ ਦਾਤ ਹੈ। ਚਾਹੇ ਕੋਈ ਮਹਿਲਾਂ ਦੇ ਵਿੱਚ ਰਹਿੰਦਾ, ਉਹਨੂੰ ਵੀ ਔਲਾਦ ਪਿਆਰੀ ਹੈ। ਚਾਹੇ ਖਾਣ ਲਈ ਦੋ ਵਕਤ ਦੀ ਰੋਟੀ ਨਾ ਵੀ ਹੋਵੇ ਨਾ ਕੋਲ, ਔਲਾਦ ਉਹਨੂੰ ਵੀ ਪਿਆਰੀ। ਔਲਾਦ ਹਰੇਕ ਨੂੰ ਪਿਆਰੀ ਹੈ, ਧੀ ਪੁੱਤ ਹਰੇਕ ਨੂੰ ਪਿਆਰਾ। ਝੁੱਗੀਆਂ ਚ ਰਹਿਣ ਵਾਲੇ ਵੀ ਆਪਣੀ ਔਲਾਦ ਨੂੰ ਉਨਾ ਹੀ ਪਿਆਰ ਕਰਦੇ ਨੇ ਜਿੰਨੇ ਮਹਿਲਾਂ ਚ ਰਹਿਣ ਵਾਲੇ ਕਰਦੇ। ਸੁੱਖਾਂ ਦਾ ਫਰਕ ਹੋ ਸਕਦਾ, ਦਾਤਾਂ ਦਾ ਫਰਕ ਹੋ ਸਕਦਾ, ਕੱਪੜਿਆਂ ਦਾ ਫਰਕ ਹੋ ਸਕਦਾ, ਖਿਡੌਣਿਆਂ ਦਾ ਫਰਕ ਹੋ ਸਕਦਾ, ਪਰ ਮਾਂ ਦੀ ਮਮਤਾ ਦਾ, ਪਿਤਾ ਦੇ ਪਿਆਰ ਦਾ ਫਰਕ ਕਿਤੇ ਵੀ ਨਹੀਂ ਹੁੰਦਾ। ਇਹ ਚੀਜ਼ਾਂ ਪੈਸੇ ਨਾਲ ਵੱਧ ਘੱਟ ਹੋ ਸਕਦੀਆਂ ਕਿਸੇ ਕੋਲ, ਵੀ ਕਿਸੇ ਬੱਚੇ ਨੂੰ ਵਧੀਆ ਖਿਡੌਣਾ ਮਿਲ ਗਿਆ, ਕਿਸੇ ਨੂੰ ਮਾੜਾ ਮਿਲ ਗਿਆ, ਪਰ ਪਿਆਰ ਸਾਰਿਆਂ ਦਾ ਬਰਾਬਰ ਹੀ ਹੁੰਦਾ। ਕੋਈ ਮਾਂ ਬਾਪ ਇਹ ਨਹੀਂ ਕਹਿ ਸਕਦਾ, ਜਾਂ ਕੋਈ ਬੱਚਾ ਇਹ ਨਹੀਂ ਕਹਿ ਸਕਦਾ। ਜਦੋਂ ਅਸੀਂ ਬਚਪਨ ਚ ਹੁੰਦੇ, ਸਾਨੂੰ ਲੱਗਦਾ ਜ਼ਰੂਰ ਹੈ ਵੀ ਸਾਡੇ ਮਾਤਾ ਪਿਤਾ ਸਾਡੇ ਨਾਲ ਖਰੇ ਪਿਆਰ ਨਹੀਂ ਕਰਦੇ। ਪਤਾ ਉਦੋਂ ਲੱਗਦਾ ਜਦੋਂ ਆਪਣੇ ਧੀਆਂ ਪੁੱਤ ਹੁੰਦੇ ਨੇ, ਵੀ ਉਹ ਸਾਡੇ ਨਾਲ ਕਿੰਨਾ ਲਾਡ ਲਡਾਉਂਦੇ ਸੀ, ਸਾਡੇ ਭਲੇ ਲਈ ਕੀ ਕੁਝ ਕਰਦੇ ਸੀ। ਔਲਾਦ ਇਹ ਦੁਨੀਆਂ ਦੀ ਉਹ ਮਿੱਠੀ ਵਸਤੂ ਆ ਜਿਹਦੇ ਨਾਲ ਬਾਕੀ ਸਾਰੀਆਂ ਮਿਠਾਸਾਂ ਵੀ ਫਿੱਕੀਆਂ ਲੱਗਦੀਆਂ। ਔਲਾਦ ਦੇ ਮਿਠਾਸ ਦੇ ਅੱਗੇ ਤਾਂ ਦੁਨੀਆਂ ਦਾ ਕੋਈ ਪਦਾਰਥ ਨਹੀਂ ਮਿੱਠਾ ਲੱਗਦਾ। ਇੱਕ ਸ਼ਾਇਰ ਜਿਹੜਾ ਚੰਦ ਦੀਆਂ ਸਿਫਤਾਂ ਕਰਦਾ ਰਹਿੰਦਾ, ਜਿੱਦਣ ਉਹਦੇ ਘਰ ਦੇ ਵਿੱਚ ਔਲਾਦ ਹੁੰਦੀ, ਉਹ ਕਹਿੰਦਾ ਉਹ ਚੰਦ ਵੀ ਕੀ ਚੰਦ ਹੈ ਇਸ ਚੰਦ ਦੇ ਅੱਗੇ, ਉਹ ਚੰਦ ਵੀ ਫਿੱਕਾ, ਉਸ ਚੰਦ ਦੀ ਮਿਠਾਸ, ਉਸ ਚੰਦ ਦੀ ਠੰਡਕ, ਉਹ ਆ ਜਿਹੜਾ ਗੋਦੀ ਦੇ ਵਿੱਚ ਚੰਦ ਪਿਆ ਇਹਦੇ ਨਾਲ ਉਹ ਫਿੱਕੀ। ਕਹਿੰਦਾ ਏਕ ਚੰਦ ਅਰਸ਼ ਪੇ ਹੈ, ਏਕ ਚੰਦ ਫਰਸ਼ ਪੇ ਹੈ। ਚੰਦ ਦੋ ਨੇ, ਕਹਿੰਦਾ ਇੱਕ ਅਰਸ਼ ਤੇ ਇੱਕ ਫਰਸ਼ ਤੇ। ਕਿਸੇ ਗਲੇ ਲਗਾਉਂ ਮੁਝੇ ਸਮਝ ਆਤਾ ਨਹੀਂ, ਮੁਨਕਰ ਨਹੀਂ ਵੋ ਚਾਂਦ ਮੀਠਾ ਹੈ, ਨਾ ਜਾਣੇ ਕਿਉਂ ਆਜ ਮੁਝੇ ਭਾਤਾ ਨਹੀਂ, ਕਸਮ ਖੁਦਾ ਕੀ ਜੇ ਜਸਤਜੂ ਹੈ ਮਨ ਕੀ, ਵੋ ਗੋਦ ਹੀ ਕਿਆ ਜਿਸ ਗੋਦ ਮੇ ਚਾਂਦ ਮੁਸਕਾਤਾ ਨਹੀਂ। ਕਹਿੰਦਾ ਉਹ ਗੋਦ ਵੀ ਕੀ, ਗੋਦ ਜਿਹਦੇ ਵਿੱਚ ਔਲਾਦ ਨਾ ਹੋਵੇ, ਤੇ ਜੇ ਵਿਆਹ ਤੋਂ 4-5 ਸਾਲ ਬਾਅਦ ਘਰ ਚ ਪੁੱਤ ਨਾ ਹੋਵੇ, ਧੀ ਨਾ ਹੋਵੇ, ਔਲਾਦ ਨਾ ਹੋਵੇ, ਤਾਂ ਦੁਨੀਆਂ ਤਾਨੇ ਮਾਰਨ ਲੱਗ ਪੈਂਦੀ ਵੀ ਸ਼ਾਇਦ
परमात्मा की अरदासा कर लो, कोई तरीके दसन लग पैंदा वी आ जादू टूना कर लो। किन्ना कुछ कर दी दुनिया औलाद दे वास्ते, ते ए राजा ते राणी गुरु चरणां दे विच बैठे ने गुरु तेग बहादुर महाराज जी दे कोल आस लैके भरोसा लैके। जदों बंदा दुखी होवे, बंदे नूं कुछ चाहीदा होवे, उस वेले बंदे नूं कोई किते लै जावे, बंदा भरोसे नाल ही जांदा। यह गल वखरी है वी उहदा भरोसा कित्थे किन्ना वजदा ते कित्थों उहनूं दात मिलदी। भरोसा साडा कित्थे होना चाहीदा? गुरसिख दा भरोसा गुरु ते होना चाहीदा, ते गुरु कोलो सारियां दातां मिलदियां जिद्दन साडा भरोसा बणा। पर बंदा दुखी होया जदों दुनिया ताने मेहने मारदी है, जदों आपणे भी बुरा भला आखण लग पैण, फिर दुनिया वाले किसे थां ते भी जाण नूं तैयार हो जांदे ने, किते भी नक रगड़ नूं तैयार हो जांदे। कोई बिरला जिहड़ा सच्चे दर नूं लभ के सच्चे दर ते जांदा। इह राजे राणी ने बड़े दर घुम्मे ने, अज इन्हां नूं दस पई एक सच्चे दर दी। दोने जाने गुरु तेग बहादुर महाराज जी अगे बैठे अरदासां बेनतियां जोधड़ियां कर रहे ने, महाराज झोली भर दिओ, कृपा कर दिओ, साडे सीस दे उत्ते मेरा भरिया हथ रख दिओ, सब कुछ ऐ दुनिया दा कोल तुहाडा दित्ता होया, एक औलाद झोली दे विच पा दिओ। सतगुरु गुरु तेग बहादुर महाराज मेरां दे घर दे विच आए, रहमतां दे साईं, निमाणियां दे माण, नितानियां दे तान, न्योटियां दी ओट, न्यासरियां दे आसरे सतगुरु धन गुरु तेग बहादुर महाराज। सतगुरु जी कहण लगे, भाई औलाद दी प्राप्ति लई कुछ करना पवेगा। कहण लगे, महाराज जिथे जाके तुसी कहोगे चौंकियां भरन नूं तैयार, जिथे जाके कहोगे असी वर्त रखण नूं तैयार, नंगे पैरी तुरन नूं तैयार, सानू एक औलाद चाहीदी। महाराज जी कहिंदे ऐसा कुछ नहीं करना। महाराज करना की है? महाराज कहन लगे, गुरु नानक कृपा करेगा तुहाडे घर दे विच औलाद होवे। सतगुरु ने वचन दे दिता। पर महाराज जी कहिंदे इहदे वास्ते तुहानू मन दे विचों सारे फर्क कढ़ने पैणगे। जिहड़ा वी दर ते आ गया भुखा, ओहनू रजमा प्रसादा देना पवेगा, घर च धर्मशाला बनाउणी पवेगी, वाहिगुरु वाहिगुरु दा सिमरन होना चाहीदा, भुखियां नूं लंगर मिलना चाहीदा, सच दा न्याय होवे तुहाडे राज दे विच। राजे ने हथ जोड़ दिते, मालिक जिवें तू कहें उवें होवेगा, लंगर भी चलणगे, वाहिगुरु वाहिगुरु दा जाप भी होवेगा, एक औलाद बख्श दिओ। गुरु तेग बहादुर महाराज कहण लगे तुहाडे घर च औलाद होवेगी। ते इह दंपती कहण लगी, महाराज निशानी की है? भी इह दात गुरु नानक दे घर चो मिली, ते इह उही निशानी सी जिहड़ा अज पुत पुछ रिहा मां नूं, ते इह पुत दा नां रख्या रतन चंद। ते गुरु तेग बहादुर महाराज जी दी कृपा दे नाल गुजी शनी नाही बात, गुरु नानक टुठा कीनी दात। जिवें रतन चंद दा जन्म होया, ते जिवें ओ महलां दे विच रौनकां हो रहियां, ढाडी जथा गा के इउं बयान कर रहे हैं। ਸ਼ਮਾ ਸੁਹਾਇਆ ਕਿਰਪਾ ਕਰੀ ਅਕਾਲ ਨੇ ਸ਼ੁਭ ਸਮਾ ਸੁਹਾਇਆ ਸੁੰਦਰ ਢਲਕਾ ਮਾਰਦਾ ਬੇਟਾ ਪ੍ਰਗਟਾਇਆ ਹਾ ਪ੍ਰਗਟਾਇਆ ਕਿਰਪਾ ਕਰੀ ਅਕਾਲ ਨੇ ਸ਼ੁਭ ਸਮਾ ਸੁਹਾਇਆ ਕਿਰਪਾ ਕਰੀ ਅਕਾਲ ਨੇ ਸ਼ੁਭ ਸਮਾ ਸੁਹਾਇਆ
ਕੁਦਰਤ ਦੀ ਮਾਇਆ ਹਾਂਜੀ ਮਾਇਆ ਸ਼ੁਕਰ ਮਨਾਇਆ ਸ਼ੁਕਰ ਮਨਾਇਆ ਰਾਮ ਰਾਏ ਨੂੰ ਚੜ ਗਿਆ ਸੀ ਸਮਾਂ ਸੁਹਾਇਆ ਰਾਮ ਰਾਏ ਨੂੰ ਚੜ ਗਿਆ ਸੀ ਚਾ ਸੁਹਾਇਆ ਉਹਨਾਂ ਨੌਵੇਂ ਨਾਨਕ ਨੂਰ ਦਾ ਲੱਖ ਸ਼ੁਕਰ ਮਨਾਇਆ ਸ਼ੁਕਰ ਮਨਾਇਆ ਸ਼ੁਕਰ ਮਨਾਇਆ ਦੇ ਵਿੱਚ ਰੌਣਕਾਂ ਨੇ ਕਿ ਮਹਿਲਾਂ ਦੇ ਵਿੱਚ ਇੱਕ ਪੁੱਤ ਆਇਆ ਔਲਾਦ ਆਈ ਤੇ ਉਹ ਔਲਾਦ ਉਹ ਰਾਜਾ ਰਤਨ ਚੰਦ ਉਹਦਾ ਨਾਮ ਰੱਖਿਆ ਤੇ ਉਹ ਸ਼ੀਸ਼ੇ ਦੇ ਮੂਹਰੇ ਬੈਠਾ ਕਹਿ ਰਿਹਾ ਸੀ ਵੀ ਇਹ ਕੈਸਾ ਵਦਨੁਮਾ ਦਾਗ ਹੈ ਤੇ ਰਾਣੀ ਨੇ ਜਦੋਂ ਸਾਰੀ ਕਹਾਣੀ ਸੁਣਾਈ ਨਾ ਉਹਦੇ ਜਨਮ ਦੀ ਵੀ ਤੂੰ ਸਾਨੂੰ ਪ੍ਰਾਪਤ ਕਿਵੇਂ ਹੋਇਆ ਇੱਕ ਸਿੱਖਿਆ ਹੈ ਕਈ ਵਾਰੀ ਔਲਾਦ ਨੂੰ ਇਹ ਲੱਗਦਾ ਹੁੰਦਾ ਵੀ ਮਾਪਿਆਂ ਨੇ ਸਾਡੇ ਲਈ ਕੀਤਾ ਹੀ ਕੀ ਹੈ ਜੇ ਕਿਤੇ ਮਾਪੇ ਸਾਰਾ ਦੁੱਖ ਸੁਣਾ ਦੇਣ ਹੈ ਨਾ ਤੇ ਸਾਡਾ ਜਿਹੜਾ ਦਿਲ ਆ ਇੱਥੇ ਖੜੇ ਨਾ ਜਹਾਨ ਜਿੰਨਾ ਕੁਝ ਉਹਨਾਂ ਨੇ ਸਾਡੇ ਲਈ ਸਿਆ ਹੁੰਦਾ ਜਿੰਨਾ ਕੁਝ ਉਹਨਾਂ ਨੇ ਆਪਣੇ ਸੀਨੇ ਤੇ ਪੱਥਰ ਰੱਖਿਆ ਹੁੰਦਾ ਤੇ ਜਦੋਂ ਰਾਣੀ ਨੇ ਸਾਰੀ ਕਹਾਣੀ ਸੁਣਾਈ ਵੀ ਤੇਰੇ ਜਨਮ ਤੇ ਖੁਸ਼ੀਆਂ ਤਾਂ ਹੋਈਆਂ ਨੌਵੇਂ ਨਾਨਕ ਸਤਿਗੁਰ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਰਪਾ ਕੀਤੀ ਇਹ ਦਾਗ ਇਹ ਨਿਸ਼ਾਨੀ ਹੈ ਕਿ ਤੂੰ ਗੁਰੂ ਨਾਨਕ ਦੇ ਘਰੋਂ ਸਾਨੂੰ ਦਾਤ ਪ੍ਰਾਪਤ ਹੋਇਆ ਇਹਨੂੰ ਦਾਗ ਨਾ ਕਹਿ ਇਹ ਤਾਂ ਭਰੋਸਾ ਹੈ ਗੁਰੂ ਦਾ ਇਹ ਤਾਂ ਵਿਸ਼ਵਾਸ ਹੈ ਗੁਰੂ ਦਾ ਇਹ ਤਾਂ ਗੁਰੂ ਨਾਨਕ ਦੀ ਦਾਤ ਹੈ ਤੇ ਉਹ ਰਾਜਾ ਰਤਨ ਚੰਦ ਆਪਣੇ ਮਾਂ ਦੇ ਗਲ ਲੱਗ ਕੇ ਕਹਿੰਦਾ ਮਾਂ ਮੈਨੂੰ ਐਸੇ ਗੁਰੂ ਦੇ ਕੋਲ ਲੈ ਚੱਲ ਫਿਰ ਉਹ ਰਾਜਾ ਰਤਨ ਚੰਦ ਗੁਰੂ ਦਸ਼ਮੇਸ਼ ਮਹਾਰਾਜ ਜੀ ਦੇ ਕੋਲ ਸਤਿਗੁਰੂ ਦਾ ਸ਼ੁਕਰਾਨਾ ਕਰਨ ਆਉਂਦਾ ਉਹ ਇੱਕ ਵੱਖਰਾ ਇਤਿਹਾਸ ਆਪਾਂ ਫਿਰ ਕਿਤੇ ਸਾਂਝਾ ਕਰਾਂਗੇ ਇੱਕ ਗੱਲ ਯਾਦ ਰੱਖਿਓ ਗੁਰੂ ਤੇ ਭਰੋਸਾ ਰੱਖੋ ਵਿਸ਼ਵਾਸ ਰੱਖੋ ਗੁਰੂ ਨੇ ਹਮੇਸ਼ਾ ਝੋਲੀਆਂ ਭਰਨੀਆਂ ਜਿੱਥੇ ਗੁਰੂ ਤੇ ਭਰੋਸਾ ਤੇ ਵਿਸ਼ਵਾਸ ਰੱਖਣਾ ਉੱਥੇ ਆਪਣੇ ਮਾਪਿਆਂ ਦੀ ਕਦਰ ਕਰਿਆ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਝ ਕਰਕੇ ਸਾਨੂੰ ਇੱਥੇ ਤੱਕ ਪਹੁੰਚਾ ਦਿੱਤਾ ਇੱਕ ਗੱਲ ਚੇਤੇ ਦੇ ਵਿੱਚ ਰੱਖਿਓ ਦੁਨੀਆਂ ਦੇ ਵਿੱਚ ਹਰ ਕੋਈ ਸਾਨੂੰ ਪਿੱਛੇ ਨੂੰ ਖਿੱਚਣਾ ਚਾਹੁੰਦਾ ਦੁਨੀਆਂ 'ਚ ਹਰੇਕ ਕੋਈ ਚਾਹੁੰਦਾ ਵੀ ਅਸੀਂ ਪਿੱਛੇ ਨੂੰ ਆਈਏ ਤਰੱਕੀ ਨਾ ਕਰੀਏ ਇੱਕ ਮਾਤਾ ਪਿਤਾ ਹੀ ਹੈ ਜਿਹੜੇ ਇਹ ਚਾਹੁੰਦੇ ਹੁੰਦੇ ਮੇਰੀ ਔਲਾਦ ਮੇਰੇ ਤੋਂ ਵੀ ਵੱਧ ਤਰੱਕੀ ਕਰੇ ਇਸ ਲਈ ਉਹਨਾਂ ਦਾ ਹਮੇਸ਼ਾ ਸ਼ੁਕਰਾਨਾ ਹੀ ਕਰਿਆ ਕਰੋ ਔਰ ਉਹਨਾਂ ਨੂੰ ਹਮੇਸ਼ਾ ਖੁਸ਼ ਰੱਖਿਆ ਕਰੋ ਤੇ ਇਹ ਬਾਤ ਕਹਿਣ ਦਾ ਮਕਸਦ ਇਹ ਹੈ ਵੀ ਕਈ ਵਾਰੀ ਦੇਖੀਦਾ ਇਸ ਧਰਤੀ ਤੇ ਅਸੀਂ ਕਹਿੰਦੇ ਸਾਡੇ ਕੋਲ ਕੰਮ ਬਹੁਤ ਹੈ ਸਾਡੇ ਕੋਲ ਸਮਾਂ ਹੀ ਨਹੀਂ ਹਫ਼ਤਾ ਹਫ਼ਤਾ ਅਸੀਂ ਮਾਂ ਬਾਪ ਨੂੰ ਫੋਨ ਹੀ ਨਹੀਂ ਕਰਦੇ ਫੋਨ ਭਾਵੇਂ 2 ਮਿੰਟ ਕਰਿਆ ਕਰੋ ਮਾਂ ਨੇ ਪੈਸੇ ਨਹੀਂ ਅੜੀਕਦੀ ਮਾਂ ਫੋਨ ਅੜੀਕਦੀ 2 ਮਿੰਟ ਕੀਤੇ ਫੋਨ ਦੇ ਨਾਲ ਹੀ ਸਾਡਾ ਭਲਾ ਹੋ ਜਾਣਾ ਮਾਂ ਨੇ ਪਤਾ ਨਹੀਂ ਕਿੰਨੀਆਂ ਕਸੀਸਾਂ ਦੇ ਦੇਣੀਆਂ ਮਾਪਿਆਂ ਨੂੰ ਫੋਨ ਜ਼ਰੂਰ ਕਰਿਆ ਕਰੋ ਜਿਹੜੇ ਮਗਰ ਪੰਜਾਬ 'ਚ ਬੈਠੇ ਨੇ ਸਤਿਗੁਰ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਸਭਨਾਂ ਨੂੰ ਸੁੱਖ ਸ਼ਾਂਤੀ ਵਰਤਾਉਣ ਆਪਣੇ ਚਰਨਾਂ ਨਾਲ ਜੁੜ ਕੇ ਸਭਨਾਂ ਦਾ ਭਲਾ ਕਰਨ ਆਓ ਇੱਕ ਵਾਰ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਦੰਡੌਤ ਕਰਦੇ ਆਖੋ ਜੀ ਤੇਗ ਬਹਾਦਰ ਸਿਮਰਿਆ ਕਰਨੋ ਨਿਧ ਆਵੈ ਧਾਏ ਸਭ ਥਾਏ ਹੋਏ ਜੀ ਸਹਾਏ ਸਭ ਥਾਏ ਹੋਏ ਸਹਾਏ ਸਤਿਗੁਰ ਕਿਰਪਾ ਕਰਨ
ਸਭਨਾਂ ਦੇ ਸੀਸ ਤੇ ਮੇਰਾ ਭਰੇ ਹੱਥ ਰੱਖਣ। ਇਤਿਹਾਸ ਦੀ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ, ਭੁੱਲਾਂ ਗਲਤੀਆਂ ਨਾ ਚਿਤਾਰਿਓ, ਗੁਰੂ ਦੇ ਚਰਨਾਂ ਚ ਅਰਦਾਸ ਕਰ ਦਿਓ। ਆਪ ਜੀ ਦੀ ਕੀਤੀ ਅਰਦਾਸ ਸਾਡਾ ਅੱਗਾ ਸਵਾਰ ਦੇਵੇਗੀ। ਸਤਿਗੁਰ ਕਿਰਪਾ ਕਰਨ ਸਭਨਾਂ ਦਾ ਭਲਾ ਕਰਨ। ਆਓ 6 ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਉਪਰੰਤ